ਲਓ ਜੀ, ਅੱਜ ਦੀ ਗੱਲਬਾਤ ਬਹੁਤ ਖਾਸ। ਵਾਕਈ ਬੜੀਆਂ ਇੰਟਰਵਿਊਸ ਲਈਆਂ, ਪਰ ਸਭ ਤੋਂ ਵਧੀਆ ਇੰਟਰਵਿਊ ਅੱਜ ਦੀ ਹੈ। ਸਾਡੇ ਨਾਲ ਜਿਹੜੇ ਹੈ ਖੋਜੀ ਕਾਫਰ ਜੀ, 96 ਸਾਲ ਦੀ ਉਮਰ ਹੈ, ਗੂਗਲ ਕਰਕੇ ਦੇਖ ਲਿਓ, ਕੁਛ ਨਹੀਂ ਕਰਨਾ, ਸਿਰਫ ਲਿਖਣਾ ਤੁਸੀਂ ਖੋਜੀ ਕਾਫਰ। ਬਹੁਤ ਵੱਡੇ ਵਿਦਵਾਨ, ਬਹੁਤ ਅੱਛੇ ਰਾਈਟਰ, ਲਗਭਗ 40 ਦੇ ਕਰੀਬ ਜਿਹੜੀਆਂ ਹੈ ਇਹਨਾਂ ਨੇ ਕਿਤਾਬਾਂ ਲਿਖੀਆਂ, ਔਰ ਇੱਕ ਇੱਕ ਕਿਤਾਬ ਜਿਹੜੀ ਹੈ ਉਹ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਕੰਮ ਕੀਤਾ। 96 ਸਾਲ ਦੀ ਉਮਰ ਦੇ ਵਿੱਚ ਬਿਲਕੁਲ ਨੌਜਵਾਨਾਂ ਵਰਗਾ ਦਿਲ ਜਿਹੜਾ ਇਹਨਾਂ ਨੇ ਰੱਖਿਆ ਹੋਇਆ, ਸਿਹਤਯਾਬ ਹੈ। ਗੱਲਬਾਤ ਕਰਾਂਗੇ, ਦੇਖੋ 1947 ਤੋਂ ਪਹਿਲਾਂ, 1947 ਤੋਂ ਪਹਿਲਾਂ ਦਾ ਪੰਜਾਬ ਅਤੇ ਹੁਣ ਦਾ ਪੰਜਾਬ, ਉਸ 'ਤੇ ਵੀ ਗੱਲਾਂ ਬਾਤਾਂ ਹੋਣਗੀਆਂ, ਇਹਨਾਂ ਦੀ ਸਾਹਿਤਿਕ ਸਫ਼ਰ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ, ਔਰ ਖਾਸ ਤੌਰ 'ਤੇ ਸਿੱਖ ਸਿਆਸਤ ਜਿਹੜੀ ਹੈ ਜਾਂ ਪੰਜਾਬ ਦੇ ਵਿੱਚ ਵਿਰਸੇ ਨਾਲ, ਵਿਰਾਸਤ ਨਾਲ ਸੰਬੰਧਿਤ ਗੱਲਾਂ ਬਾਤਾਂ ਵੀ ਹੋਣਗੀਆਂ। ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ। ਹਾਂ, ਮੈਂ ਅਕਸਰ ਕਹਿੰਦਾ ਕਿ ਨਵੀਂ ਜਨਰੇਸ਼ਨ ਦੇ ਬੱਚਿਆਂ ਨੂੰ ਸਾਡੇ ਵੀਡੀਓਜ਼ ਜ਼ਰੂਰ ਦਿਖਾਇਆ ਕਰੋ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਬੜਾ ਚੰਗਾ ਮੌਕਾ ਤੁਸੀਂ ਮੈਨੂੰ ਦੇ ਰਹੇ ਹੋ, ਤੁਹਾਡਾ ਵੀ ਧੰਨਵਾਦ। ਅਤੇ ਵੇਖਣ ਵਾਲੇ ਜਿਹੜੇ ਜਿੱਥੇ ਜਾਣਾ, ਪ੍ਰੋਗਰਾਮ ਜਾਣੇ ਆ, ਸਾਰਿਆਂ ਪੰਜਾਬੀਆਂ ਨੂੰ, ਪੰਜਾਬੀਆਂ ਤੋਂ ਬਗੈਰ ਬਾਹਰ ਵੀ ਜਿੱਥੇ ਜਿੱਥੇ ਵੀ ਜਾਣੇ ਹੋ, ਉਹਨਾਂ ਨੂੰ ਨਮਸਕਾਰ, ਗੁਰੂ ਫਤਿਹ, ਸਤਿ ਸ਼੍ਰੀ ਅਕਾਲ, ਧੰਨਵਾਦ। ਵਾਹ ਜੀ ਵਾਹ, ਬਹੁਤ ਅੱਛੀ ਸ਼ੁਰੂਆਤ ਜੀ। ਤੁਹਾਨੂੰ ਜਦੋਂ ਆਉਂਦੇ ਹੀ ਮਿਲੇ ਨਾ ਜੀ ਅਸੀਂ, ਸੁਰੇਸ਼ ਭਿਓਰਾ ਜੀ ਜਿਹੜੇ ਸਾਡੇ ਨਾਲ ਲਿਖਾਰੀ ਸਭਾ ਦੇ, ਇਹਨਾਂ ਦੇ ਕਰਕੇ ਜਿਹੜੀ ਹੈ ਅੱਜ ਦੀ ਇੰਟਰਵਿਊ ਜਿਹੜੀ ਹੈ ਇਹਦੇ, ਇਹਨੂੰ ਅਸੀਂ ਸਿਰੇ ਚਾੜਨ ਲੱਗੇ ਹਾਂ। ਔਰ ਆ ਕੇ ਮਿਲਿਆ, ਮੈਨੂੰ ਲੱਗ ਰਿਹਾ ਸੀਗਾ ਕਿ ਇੱਕ ਐਡੇ ਵੱਡੇ ਵਿਦਵਾਨ ਰਾਈਟਰ ਨੂੰ ਮਿਲਣ ਜਾ ਰਹੇ ਹਾਂ, ਅਤੇ ਮੇਰੇ 'ਚ ਇੱਕ ਡਰ ਸੀਗਾ, ਇੱਕ ਜ਼ਹਿਨ 'ਚ ਸੀਗਾ ਕਿ ਕਿੱਦਾਂ ਸਵਾਲ ਕਰਾਂਗਾ, ਪਰ ਤੁਸੀਂ ਮੇਰਾ ਸਾਰਾ ਕੰਮ ਆਸਾਨ ਕਰ ਦਿੱਤਾ। ਜਿਸ ਤਰੀਕੇ ਨਾਲ ਤੁਸੀਂ ਸਾਨੂੰ ਰਿਸੀਵ ਕੀਤਾ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤਾਰੀਫ ਦੇ ਕਾਬਲ ਹੈ ਜੀ। ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਨਿੱਜੀ ਤੌਰ 'ਤੇ ਮੈਂ ਤੇਜਿੰਦਰ ਚੋਪੜਾ ਕਹਿੰਦਾ ਜੀ, ਮੈਨੂੰ ਬਹੁਤ ਚੰਗਾ ਲੱਗਿਆ ਜੀ। ਚੋਪੜਾ ਜੀ, ਮੈਂ ਅਤੇ ਮੇਰਾ ਘਰ ਜਿੱਥੇ ਮੈਂ ਹੈਗਾ ਜੀ, ਇੱਥੇ ਕਦੀ ਵੀ ਕਿਸੇ ਨੂੰ ਝਾਕੇ ਨਾਲ ਆਉਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਬਾਬੇ ਨਾਨਕ ਦੇ ਸਿੱਖਿਆ, ਉਹਨਾਂ ਨੇ ਜੋ ਕੁਛ ਸਾਨੂੰ ਵਿਰਸਾ ਪੈਦਾ ਕੀਤਾ ਉਹਦੇ ਮੁਤਾਬਕ ਇਹ ਸਦਾ ਖੁੱਲ੍ਹਾ ਅਤੇ ਓਪਨ ਹੈ, ਔਰ ਹਰ ਬਸ਼ਰ ਜੋ ਇੱਥੇ ਪਧਾਰਦਾ ਆਉਂਦਾ ਉਹ ਸਿਰ ਮੱਥੇ। ਇੱਕ ਤੁਹਾਡੀ ਮੈਂ ਕਿਤਾਬ ਜਿਹੜੀ ਦੇਖ ਰਿਹਾ ਸੀ ਗੂਗਲ ਦੇ ਉੱਤੇ, ਨਹੀਂ ਭੁੱਲਣਾ 84, ਕਿਵੇਂ ਭੁੱਲੀਏ 84, ਕੀ ਉਸ ਉੱਥੋਂ ਸ਼ੁਰੂ ਕਰਾਂਗੇ ਆਪਾਂ ਜੀ, ਕੀ ਕਹਿੰਦੇ ਜੀ ਤੁਸੀਂ ਉਸ ਕਿਤਾਬ ਦੇ ਬਾਰੇ? ਉਹ ਜੋ ਸਾਕਾ ਹੋਇਆ, ਜੋ ਪੰਜਾਬ ਦੇ ਵਿੱਚ ਸਿੱਖ ਸਿਆਸਤ ਜਿਸ ਤਰੀਕੇ ਨਾਲ ਚੱਲੀ, ਉਸ 'ਤੇ ਗੱਲਬਾਤ ਕਰਨੀ ਹੈ ਜੀ, ਦੱਸੋ ਜੀ। ਇਹ ਅਖਬਾਰ 'ਚ ਇੱਕ ਖਬਰ ਛਪੀ ਕਹਿ ਲਓ ਜਾਂ ਕਿਸੇ ਦਾ ਕਮੈਂਟ ਆਇਆ ਸੀ, ਮੈਨੂੰ ਬੜੇ ਸਾਫ ਰੂਪ ਦੇ ਵਿੱਚ ਚੇਤੇ ਆ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਤੇ ਕੋਈ ਕਮੈਂਟ ਕੀਤਾ ਸੀ ਕਿਸ ਤਰ੍ਹਾਂ, ਛੱਡੋ ਜੀ ਭੁੱਲੋ ਹੁਣ ਇਹ ਪੁਰਾਣੀਆਂ ਗੱਲਾਂ ਨੇ। ਉਸ ਇੱਕ ਸਤਰ ਨੇ ਮੈਨੂੰ ਪ੍ਰਵੋਕ ਕੀਤਾ ਇਹ ਕਿਤਾਬ ਲਿਖਣ ਲਈ। ਕਈ ਚੀਜ਼ਾਂ ਨਹੀਂ ਟਾਈਮ ਨੇ ਵਿਸਰ ਜਾਂਦੀਆਂ ਨੇ ਚੇਤਿਆਂ 'ਚੋਂ ਜੀ, ਜਾਤੀ ਚੇਤਿਆਂ 'ਚੋਂ, ਸਮੂਹਕ ਚੇਤਿਆਂ 'ਚੋਂ, ਪਰ ਕਈ ਗੱਲਾਂ ਹੁੰਦੀਆਂ ਨੇ ਉਹ ਇੰਨੀਆਂ ਗਹਿਰਾਈ 'ਚ ਖੁੱਭ ਜਾਂਦੀਆਂ ਨੇ ਯਾਦਾਸ਼ 'ਚ, ਉਹ ਭੁੱਲਦੀਆਂ ਨਹੀਂ ਔਰ ਭੁੱਲੀਆਂ ਜਾ ਸਕਦੀਆਂ ਵੀ ਨਹੀਂ, ਭੁੱਲਣੀਆਂ ਚਾਹੀਦੀਆਂ ਵੀ ਨਹੀਂ ਜੀ। ਕਿਉਂ? ਕਿਉਂਕਿ ਉਹ ਜਿਹੜੀਆਂ ਵਾਕਿਆਤ ਹੋਏ ਹੁੰਦੇ ਨੇ, ਉਹ ਜਿਹੜੇ ਭਾਣੇ ਵਾਪਰੇ ਹੁੰਦੇ, ਉਹ ਜੋ ਮਾੜੀਆਂ ਚੰਗਾ ਕੋਈ ਵੀ ਗੱਲ ਜਿਹੜੀ ਇੱਥੇ ਪ੍ਰਗਟ ਹੋਈ ਹੁੰਦੀ ਹੈ ਸਮਾਜ 'ਚ,
ਚੰਗੇ ਜਾਂ ਭੈੜੇ ਰੂਪ 'ਚ ਜੀ, ਉਹ ਸਾਡੇ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਨੇ ਔਰ ਉਸ ਚੀਜ਼ਾਂ ਸਾਨੂੰ ਅਗਲੇ ਪਾਸੇ ਲੀਡ ਕਰਦੀਆਂ ਨੇ ਜੀ, ਵੀ ਕੀ ਗਲਤੀਆਂ ਕੀਤੀਆਂ ਨੇ, ਕਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ, ਉਸ ਪਿੱਠ ਭੂਮੀ 'ਚ ਉਸ ਬੈਗਨ 'ਤੇ ਰੱਖ ਕੇ ਫਿਰ ਸਮਾਜ ਅਤੇ ਇੰਡੀਵਿਜੁਅਲ ਵੀ ਆਪਣੇ ਆਪ ਨੂੰ ਸਿੱਧੇ ਰਾਹ ਪਾਉਂਦੇ ਅਤੇ ਪਾ ਸਕਦੇ ਆ ਜੀ। ਤੁਸੀਂ ਜੋ 1984 ਦੇ ਵਿੱਚ ਭਾਣਾ ਵਾਪਰਿਆ, ਜੋ ਪੰਜਾਬ ਦੇ ਵਿੱਚ ਹੋਇਆ, ਸਿੱਖਾਂ ਦੇ ਨਾਲ ਹੋਇਆ, ਦਿੱਲੀ ਦਾ ਕਤਲੇਆਮ ਹੋਇਆ, ਅਕਾਲ ਤਖਤ ਸਾਹਿਬ 'ਤੇ ਜਿਹੜਾ ਹਮਲਾ ਹੋਇਆ, ਇਹ ਸਾਰੀਆਂ ਜਿਹੜੀਆਂ ਗੱਲਾਂ ਦੇ ਉੱਤੇ ਅਸੀਂ ਗੱਲਾਂ ਬਾਤਾਂ ਕਰਨੀਆਂ ਇਸ ਦੇ ਵਿੱਚ, ਬੇਬਾਕ ਹੋ ਕੇ ਤੁਸੀਂ, ਵੈਸੇ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਤੁਸੀਂ ਖੁੱਲ੍ਹ ਕੇ ਸਾਰੇ ਆਪਣੇ ਵਿਚਾਰ ਦੱਸ ਸਕਦੇ ਹੋ। ਸਭ ਤੋਂ ਪਹਿਲਾਂ ਇਹ ਜਿਹੜਾ ਸਭ ਕੁਛ ਹੋਇਆ, ਇਸ ਦੀ ਕਹਾਣੀ ਦੇ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਉਂਦੇ ਹੋ ਤੁਸੀਂ? ਮੈਂ ਖੋਜੀ ਮੁਸਾਫਰ ਜੀ ਤੋਂ ਪੁੱਛ ਰਿਹਾ, ਤੁਸੀਂ ਇਹਨਾਂ ਗੱਲਾਂ ਦੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ, ਵੀ ਕਿਵੇਂ ਹੋਇਆ ਜੀ? ਤੁਸੀਂ ਥੋੜ੍ਹਾ ਟਪਲਾ ਖਾ ਗਏ। ਮੈਂ ਖੋਜੀ ਮੁਸਾਫਰ ਨਹੀਂ, ਮੈਂ ਖੋਜੀ ਕਾਫਰ ਹਾਂ। ਜੀ 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 ਜੀ, ਖੋਜੀ ਕਾਫਰ, ਹਾਂਜੀ ਠੀਕ ਹੈ ਜੀ। ਅਗਲੀ ਗੱਲ ਹੈ ਵੀ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ? ਬੁਨਿਆਦੀ ਤੌਰ 'ਤੇ ਮੈਂ ਕਹੂੰਗਾ ਕਿ ਸਾਡਾ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਹੈ ਉਸ ਸਮੇਂ ਦਾ, ਔਰ ਖਾਸ ਕਰਕੇ ਸਾਡੇ ਆਪਣੇ ਵਤਨ ਦੇ ਵਿੱਚ ਅਸੀਂ ਜਿਵੇਂ ਆਪਣੀਆਂ ਸਿਆਸੀ ਅਤੇ ਸਮਾਜਿਕ ਇਹਨਾਂ ਦੋਵਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਵਾਟਰ ਟਾਈਟ ਕੰਪਾਰਟਮੈਂਟ 'ਚ ਨਹੀਂ ਕਰ ਸਕਦੇ, ਸਾਡੀਆਂ ਇੰਟਰਰਿਲੇਟਿਡ ਹੁੰਦੀਆਂ ਨੇ ਜੀ। ਲੇਕਿਨ ਕਈ ਥਾਈਂ ਦੇ ਉੱਤੇ ਸਿਆਸਤ ਦਾ ਪੱਖ ਜਿਹੜਾ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਅਤੇ ਹੋਣਾ ਚਾਹੀਦਾ, ਕਿਤੇ ਸਮਾਜਿਕ ਵੈਲਿਊ ਜਿਹੜੀਆਂ ਨੇ ਉਹਨਾਂ ਦਾ ਦਰਜਾ ਜਿਹੜਾ ਉਹ ਉੱਪਰ ਆ ਜਾਂਦਾ ਵਾ। ਇਹ ਜਿਹੜਾ ਮਾਮਲਾ ਵਾ 84 ਵਾਲਾ, ਇਹ ਸਾਰੇ ਦੇ ਸਾਰਾ ਜੇ ਸਾਰੇ ਦਾ ਸਾਰਾ ਨਹੀਂ ਤਾਂ ਮੇਜਰ ਰੂਪ ਦੇ ਵਿੱਚ ਇਹ ਪੋਲੀਟੀਕਲ ਜਿਹੜੇ ਤਾਣਾ ਬਾਣਾ ਬਣਿਆ ਗਿਆ ਇਹ ਸਾਰੀ ਉਹਦੀ ਪੈਦਾਵਾਰ ਹੈ ਔਰ ਇਹ ਬੜਾ ਨਕਾਰਾਤਮਕ, ਬੜਾ ਹਾਨੀਕਾਰਕ ਔਰ ਉਸ ਵਾਕਿਆ ਤੋਂ ਬਾਅਦ ਜਿਹੜੀ ਪ੍ਰਗਟ ਜਾਂ ਹਿਡਨ ਟੈਂਸ਼ਨ ਜਾਂ ਭੁਲੇਖੇ ਜਾਂ ਪ੍ਰੈਜੁਡਿਸ ਜਾਂ ਕੋਈ ਭਾਵਨਾ ਜਿਹੜੀਆਂ ਨੇਗੀਆਂ ਹਾਨੀਕਾਰਕ ਉਹ ਪੈਦਾ ਹੋਈਆਂ ਨੇ, ਉਹ ਸਮੇਂ ਸਮੇਂ ਪ੍ਰਗਟ ਹੁੰਦੀਆਂ ਰਹਿੰਦੀਆਂ, ਜੇ ਪ੍ਰਗਟ ਨਾ ਹੋਣ ਉਹ ਕਿਤੇ ਨਾ ਕਿਤੇ ਸਾਡੇ ਯਾਦਾਸ਼ਤ ਦੇ ਸਟੋਰ 'ਚ ਬੈਠੀਆਂ ਹੁੰਦੀਆਂ ਨੇ ਜਿਹੜੀਆਂ ਕਦੀ ਵੀ ਨੁਕਸਾਨਦੇਹ ਸਾਬਤ ਹੋ ਸਕਦੀਆਂ ਨੇ। ਅਤੇ ਇਹ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਚਲੋ ਪੋਲੀਟੀਕਲ ਹੋ ਗਿਆ, ਉਸ ਸਮੇਂ ਦੀ ਸਿੱਖ ਸਿਆਸਤ ਸਿਆਸਤ ਦੇ ਵਿੱਚ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਟੌੜਾ ਸਾਹਿਬ ਹੋ ਗਏ ਜਾਂ ਹਰਚੰਦ ਸਿੰਘ ਲੌਂਗੋਵਾਲ, ਇੰਦਰਾ ਗਾਂਧੀ ਦਾ ਉਹ ਸਮਾਂ 1984 ਤੋਂ ਵੇਲੇ ਦਾ ਸਮਾਂ ਜਿਹੜਾ ਹੈ, ਅਤੇ ਉਦੋਂ RSS ਵੀ ਹੈ ਵਿੱਚ, ਇਹ ਸਾਰੀਆਂ ਚੀਜ਼ਾਂ ਦੇ ਤਾਣੇ ਬੇਟੇ ਬਾਰੇ ਥੋੜ੍ਹਾ ਜਿਹਾ ਮੈਂ ਚਾਹੁੰਦਾ ਕਿ ਨਵੀਂ ਜਨਰੇਸ਼ਨ ਨੂੰ ਪਤਾ ਲੱਗਣਾ ਚਾਹੀਦਾ ਕਿ ਸਭ ਕੁਛ ਵਾਪਰਿਆ ਕਿੱਦਾਂ ਜੀ। ਬਹੁਤ ਸੰਖੇਪ ਰੂਪ 'ਚ ਮੈਂ ਕਹਿ ਸਕਦਾ, ਮੈਨੂੰ ਕੁਛ ਝਿਜਕ ਨਹੀਂ ਜੀ, ਚਾਹੇ ਸਿੱਖ ਲੀਡਰਸ਼ਿਪ ਚਾਹੇ ਦਿੱਲੀ 'ਚ ਬੈਠੀ ਸਿਆਸੀ ਹਕੂਮਤ ਜੀ, ਇਹਨਾਂ ਦੇ ਵਿੱਚ ਓਪਨਨੈਸ ਨਹੀਂ ਸੀ, ਦੋਵਾਂ ਦੀ ਆਪੋ ਆਪਣੇ ਥਾਂ ਰੈਜ਼ਰਵੇਸ਼ਨ ਸੀਗੀ, ਦੋਵੇਂ ਆਪੋ ਆਪਣੇ ਥਾਂ ਕੋਈ ਪੁਆਇੰਟ ਜਿਤਨੇ ਕੋਈ ਮਾਈਲੇਜ ਗੇਨ ਕਰਨਾ ਚਾਹੁੰਦੇ ਹੁੰਦੇ ਹਨ, ਵੀ ਜਿਹਦੇ ਵਿੱਚ ਸਾਡਾ ਵਿਕਾਰ ਜਿਹੜਾ ਉਹ
ਸਾਡੇ ਸਮਾਜ 'ਚ, ਸਾਡੇ ਸਿਆਸਤ ਪਹਿਲੂ 'ਚ ਵਧੇ ਬਣੇ, ਕਿਉਂਕਿ ਸਾਹਮਣੇ ਨਿਸ਼ਾਨਾ ਹੁੰਦਾ ਕਿ ਇਸ ਤੋਂ ਬਾਅਦ ਜੋ ਸਾਡਾ ਸਿਸਟਮ ਹੈ ਡੈਮੋਕ੍ਰੇਸੀ ਦਾ, ਵੋਟਿੰਗ ਹੋਣੀਆਂ ਨੇ, ਜਦੋਂ ਵੀ ਹੋਣੀਆਂ ਨੇ, ਜਿੰਨੀ ਵਾਰੀ ਵੀ ਹੋਣੀਆਂ ਨੇ, ਉਹਦੇ ਲਈ ਅਸੀਂ ਲੋਕਾਂ ਕੋਲ ਜਾਣਾ ਅਤੇ ਲੋਕਾਂ ਦੇ ਵਿੱਚ ਇੱਕ ਅਸੀਂ ਇੱਕ ਇਮੇਜ ਆਪਣਾ ਕ੍ਰੀਏਟ ਕਰੀਏ। ਉਹ ਇਮੇਜ ਕ੍ਰੀਏਟ ਕਰਨ ਲੱਗਿਆਂ ਉਹ ਟਰੁੱਥਫੁੱਲ ਨਹੀਂ ਹੁੰਦੇ, ਉਹਨਾਂ ਦੇ ਵਿੱਚ ਚੱਕਮੇਬਾਜ਼ੀ ਬੜੀ ਹੁੰਦੀ ਹੈ ਜੀ। ਸਮਾਜ ਨੂੰ, ਲੋਕਾਂ ਨੂੰ ਉਹ ਸਿੱਧੀ ਗੱਲ ਸਪਸ਼ਟਵਾਦੀ ਨਹੀਂ ਹੈਗੇ। ਅਗਰ ਦੋਵੇਂ ਤਿੰਨ ਸਪਸ਼ਟਵਾਦੀ ਹੁੰਦੀਆਂ, ਗਵਰਨਮੈਂਟ, ਮੌਕੇ ਦੀ ਗਵਰਨਮੈਂਟ ਅਤੇ ਸਿੱਖ ਲੀਡਰਸ਼ਿਪ ਅਗਰ ਸਪਸ਼ਟਵਾਦੀ ਹੁੰਦੇ ਤਾਂ ਮਸਲੇ ਹੱਲ ਹੋ ਸਕਦੇ ਆ। ਸਮੱਸਿਆ ਇੱਥੇ ਆਉਂਦੀ ਹੈ ਕਿ ਇੱਕ ਧਿਰ ਦੂਜੀ ਧਿਰ ਦਾ ਮੋਢਾ ਲਾਉਣਾ ਚਾਹੁੰਦੀ ਹੈ, ਉਹਦੇ 'ਤੇ ਅੱਪਰ ਹੈਂਡ ਰੱਖ ਕੇ ਆਪਣੇ ਪੁਆਇੰਟ ਬਣਾਉਣਾ ਚਾਹੁੰਦੀ ਹੈ, ਜੋ ਉਹ ਆਪਣੇ ਪੁਆਇੰਟ ਬਣਾਉਣਾ ਚਾਹੁੰਦੇ ਦੂਜੇ ਦੇ ਪੁਆਇੰਟ ਘੱਟਦੇ ਆ, ਉਹ ਆਪਣੇ ਪੁਆਇੰਟ ਬਣਾਉਣਾ ਚਾਹੁੰਦੇ ਦੂਜੇ ਦੇ ਘੱਟਦੇ, ਉਹ ਇੱਕ ਪੋਲੀਟੀਕਲ ਟਸਲ ਬਣ ਜਾਂਦੀ ਹੈ। ਔਰ ਪੋਲੀਟੀਕਲ ਟਸਲ ਜਦੋਂ ਬਣ ਜਾਂਦੀ ਹੈ ਤਾਂ ਫਿਰ ਇਹਦੇ ਜਿਹੜੇ ਮੈਂ ਹੁਣੇ ਜਿਵੇਂ ਬੇਨਤੀ ਕੀਤੀ ਹੈ ਵੀ ਤੁਹਾਡੇ ਆਪਣੇ ਸਵਾਰਥ, ਤੁਹਾਡੇ ਆਪਣੇ ਇੰਟਰਸਟ ਸਾਹਮਣੇ ਆ ਜਾਣ, ਉਦੋਂ ਫਿਰ ਬੰਦਾ ਜਿਹੜਾ ਉਹ ਕੋਈ ਗੱਲ ਜਿਹੜਾ ਇਮਾਨਦਾਰੀ ਨਹੀਂ ਕਰ ਰਿਹਾ ਹੁੰਦਾ। ਔਰ ਇਹੀ ਗੱਲ ਵਾਪਰੀ ਹੈ ਜੋ ਦੋ ਤਿੰਨ ਬੈਠ ਕੇ ਟੇਬਲ 'ਤੇ ਜਾਂ ਕਿਸੇ ਵੀ ਨੈਗੋਸੀਏਸ਼ਨ 'ਚ, ਕੋਈ ਵੀ ਵਾਰਤਾ ਨੈਗੋਸੀਏਸ਼ਨ, ਉਹਦੇ ਦੋਵੇਂ ਧਿਰਾਂ ਓਪਨ ਸਾਰੇ ਕਾਰਡ ਸਾਹਮਣੇ ਰੱਖ ਕੇ ਗੇਮ ਖੇਡਣ, ਤਾਂ ਉਹਦੇ ਵਿੱਚ ਕੋਈ ਕਿਸੇ ਨਾਲ ਕੋਈ ਚੁਸਤੀ, ਕੋਈ ਧੋਖਾ, ਦਗਾ ਫਰੇਬ ਓਹਲਾ ਨਹੀਂ ਰਹਿ ਜਾਂਦਾ, ਓਹਲੇ ਰੱਖਦੇ ਰਹਿਣਗੇ, ਸਪਸ਼ਟ ਨਹੀਂ ਹੁੰਦੇ ਰਹੇ। ਉਹ ਜੋ ਓਹਲੇ ਰੱਖਦੇ ਰਹੇ ਹੈ, ਜੋ ਇੱਕ ਧਿਰ ਓਹਲਾ ਰੱਖਦੀ ਹੈ ਦੂਜੀ ਧਿਰ ਸ਼ੱਕੀ ਹੋ ਜਾਂਦੀ ਹੈ, ਉਹ ਧਿਰ ਓਹਲਾ ਰੱਖਦੀ ਹੈ ਦੂਜੀ ਧਿਰ ਸ਼ੱਕੀ ਹੋ ਜਾਂਦੀ ਹੈ, ਉਹ ਜੋ ਸ਼ੱਕ ਦੀ ਇੱਕ ਸਿਚੁਏਸ਼ਨ ਬਣੀ ਰਹਿੰਦੀ ਹੈ ਜਾਂ ਡਿਵੈਲਪ ਹੁੰਦੀ ਰਹਿੰਦੀ ਹੈ, ਸ਼ੱਕ ਤੋਂ ਸ਼ੱਕ ਗਰੋ ਕਰਦਾ ਵਾ, ਉਦੋਂ ਫਿਰ ਜਿਹੜੇ ਨਤੀਜੇ ਚੰਗੇ ਨਹੀਂ ਨਿਕਲਦੇ। ਔਰ ਇਹੀ ਸਾਡੇ ਸਾਹਮਣੇ ਹੋਇਆ ਜੋ 84 'ਚ ਹੋਇਆ। ਮੈਂ ਜਾਤੀ ਤੌਰ 'ਤੇ ਇਹ ਕਹਿਣ ਨੂੰ ਤਿਆਰ ਹਾਂ ਔਰ ਇਹਨੂੰ ਝਿਜਕ ਨਹੀਂ, ਇਹ ਗੱਲ ਹੋਣੀ ਨਹੀਂ ਸੀ ਚਾਹੀਦੀ। ਅਸੀਂ ਕੌਮੀ ਨਜ਼ਰੀਏ ਤੋਂ ਆਪਣੇ ਸਿਆਸੀ ਸਵਾਰਥਾਂ ਲਈ, ਅਸੀਂ ਸਿਆਸੀ ਸਵਾਰਥਾਂ ਦੇ ਉੱਤੋਂ ਕੌਮੀ ਨਜ਼ਰੀਏ ਨੂੰ ਕੁਰਬਾਨ ਕਰਤਾ, ਹੋਣਾ ਉਲਟ ਚਾਹੀਦਾ ਸੀ ਕਿ ਕੌਮੀ ਮਫਾਦ, ਕੌਮੀ ਨਜ਼ਰੀਆ ਜਿਹੜਾ, ਇਹਦੀ ਪ੍ਰਮੋਸ਼ਨ ਹੋਣੀ ਚਾਹੀਦੀ ਸੀ। ਆਪਣੇ ਨਿੱਜੀ ਅਤੇ ਈਵਨ ਪੋਲੀਟੀਕਲ ਵੀ ਜਿਹੜੇ ਸਵਾਰਥ ਸੀ ਉਹਨਾਂ ਨੂੰ ਜਾਂ ਛੋਟਿਆਂ ਕਰ ਲੈਣਾ ਚਾਹੀਦਾ ਸੀ ਜਾਂ ਪਾਸੇ ਕਰ ਲੈਣਾ ਚਾਹੀਦਾ ਸੀ। ਇਹ ਸਾਥ ਹੋ ਨਹੀਂ ਸਕਿਆ, ਉਹ ਫਿਰ ਹੈੱਡ ਡਾਊਨ ਸਹਿਜੇ ਸਹਿਜੇ ਚੀਜ਼ ਵੱਧਦੀ 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 ਅਖੀਰ ਹੈੱਡ ਡਾਊਨ ਕਲੈਸ਼ ਹੋ ਗਿਆ। ਉਹ ਹੈੱਡ ਐਂਡ ਕਲੈਸ਼ ਤੋਂ ਬਾਅਦ ਜੇ ਕੋਈ ਕਹੇ ਨਾ ਯਾਰ ਪੁਰਾਣੀ ਗੱਲ ਹੋ ਗਈ ਹੈ, ਮੁੱਕੀ ਆ, 50 ਸਾਲ ਹੋ ਗਿਆ, ਫਰਗੈਟ ਇਟ, ਗੱਲਾਂ ਨਹੀਂ ਨਹੀਂ, ਹਿਸਟਰੀ ਨਹੀਂ ਭੁਲਾਈ ਜਾ ਸਕਦੀ ਹੁੰਦੀ ਔਰ ਹਿਸਟਰੀ ਭੁਲਾਈ ਜਾਣ ਲਈ ਨਹੀਂ ਬਣਦੀ। ਹਿਸਟਰੀ ਦਾ ਮਤਲਬ ਹੀ ਹੁੰਦਾ ਕਿ ਇਸ, ਚਾਹੇ ਉਹ ਨੈਗੇਟਿਵ ਹੈ ਚਾਹੇ ਪੋਜ਼ਿਟਿਵ, ਇਹ ਸਾਡੇ ਹਿਸਟਰੀ ਜਿਹੜੀ ਹੈ, ਹਿਸਟਰੀ ਨੂੰ ਦੂਜੇ ਲਫ਼ਜ਼ ਅਸੀਂ ਆਪਣਾ ਵਿਰਸਾ ਕਹਿ ਸਕਦੇ ਹਾਂ। ਜੇ ਸਾਡੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਅਸੀਂ ਸਿਆਸੀ ਤੌਰ 'ਤੇ ਇਸ ਨੁਕਤੇ ਦੇ ਹਵਾਲੇ ਨਾਲ ਜੇ ਅਸੀਂ ਪ੍ਰਾਪਤੀਆਂ ਕੀਤੀਆਂ, ਤਾਂ ਉੱਥੇ ਸਾਨੂੰ ਇਹ ਵੀ ਕਹਿਣਾ ਪਊ ਵੀ ਇਸ ਕਿਸਮ ਦੀਆਂ ਜਿਹੜੀਆਂ ਨੇ ਗਲਤੀਆਂ, ਮੈਂ ਤਾਂ ਲਫ਼ਜ਼ ਅਗਰ ਤੁਸੀਂ ਦੱਸਦਾ ਤਾਂ ਬੇਵਕੂਫੀ ਵੀ ਕਹਿਣ ਨੂੰ ਤਿਆਰ ਹੈ, ਇਸ ਕਿਸਮ ਦੀਆਂ ਬੇਵਕੂਫੀਆਂ ਕਰਨ ਦੇ ਨਾਲ ਅਸੀਂ ਕੌਮੀ ਪੱਧਰ 'ਤੇ ਜੋ ਨੁਕਸਾਨ ਕੀਤਾ, ਮੈਨੂੰ ਡਰ ਭਾਸਦਾ ਕਿ ਆਉਣ ਵਾਲੇ ਲੰਮੇ ਸਮੇਂ ਤੱਕ
ਕੀ ਇਹ ਸਾਨੂੰ ਅਸਰਅੰਦਾਜ਼ ਨਹੀਂ ਕਰਦੇ ਰਹੇਗਾ, ਕੀ ਇਹ ਚੀਜ਼ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਔਰ ਇਹੀ ਨੁਕਤਾ ਸੀ ਮੇਰੀ ਸੋਚ 'ਚ। ਮੈਂ ਠੀਕ ਹੋਵਾਂ ਅੱਛਾ ਗਲਤ ਹੋਵਾਂ ਬਾਅਦ ਦੀ ਗੱਲ, ਲੇਕਿਨ ਮੈਂ ਉਹ ਜੋ ਲਿਖਤ ਕੀਤੀ ਹੈ ਜਾਂ ਕਿਤਾਬ ਲਿਖੀ ਹੈ ਜਿਸ ਭਾਵਨਾ ਨਾਲ ਅਤੇ ਜਿਸ ਬੁਨਿਆਦੀ ਨੁਕਤੇ ਨੂੰ ਸਾਹਮਣੇ ਰੱਖ ਕੇ ਆ, ਮੈਨੂੰ ਉਹਦੇ ਬਾਰੇ ਕੋਈ ਅਫਸੋਸ ਨਹੀਂ। ਮੈਂ ਹੁਣ ਵੀ ਉਹਦੇ ਬਾਰੇ ਡਿਬੇਟ ਕਰ ਸਕਦਾ, ਕਰਨ ਨੂੰ ਤਿਆਰ ਹੈ। ਮੈਂ ਝਗੜੇ, ਇੱਕ ਤਾਂ ਸਾਨੂੰ ਡਿਬੇਟ ਨਹੀਂ ਕਰਨੀ ਆਉਂਦੀ, ਇਹ ਵੀ ਪ੍ਰੋਬਲਮ ਹੈ। ਅਸੀਂ ਡਿਬੇਟ ਨੂੰ ਝਗੜੇ 'ਚ ਬਦਲ ਦਿੰਦੇ ਹਾਂ ਇੱਕਦਮ। ਅਸੀਂ ਝਗੜੇ, ਬਾਬੇ ਨਾਨਕ ਨੇ ਕਿਹਾ ਸੀ ਜਬ ਲਗ ਦੁਨੀਆ ਰਹੀਏ ਨਾਨਕ, ਕੁਝ ਸੁਣੀਏ ਕੁਝ ਕਹੀਏ। ਬਾਬੇ ਨਾਨਕ ਦੀ ਕਹਿ ਲਓ ਨਹੀਂ ਗੁਰਬਾਣੀ ਦੀ, ਅਤੇ ਦੁਨੀਆ ਭਰ ਦੇ ਜਿਹੜੇ ਹੈਗੇ ਨੇ ਮਦੱਬਰ ਨੇ, ਜਿਹੜੇ ਸੋਚਵਾਨ ਨੇ, ਉਹ ਸਾਰੇ ਇਸ ਗੱਲ ਨੂੰ ਕਹਿੰਦੇ ਵੀ ਬੈਠ ਕੇ ਗੱਲ ਕਰ ਲਓ। ਪੁਰਾਣੇ ਜ਼ਮਾਨੇ ਦੇ ਵਿੱਚ ਕੋਈ ਪਿੰਡ 'ਚ ਜਾਂ ਕਿਸੇ ਪਾਸੇ ਪਰਿਵਾਰ 'ਚ ਕੋਈ ਗੱਲ ਇਸ ਤਰ੍ਹਾਂ ਦੀ ਉੱਭਰਦੀ ਸੀ, ਕੋਈ ਤਣਾਓ ਕੋਈ ਤਨਾਜ਼ਾ ਖੜ੍ਹਾ ਹੁੰਦਾ ਸੀ, ਅਤੇ ਜੇ ਘਰ ਵਾਲਿਆਂ ਪਹਿਲੀ ਤਾਂ ਗੱਲ ਹੁੰਦੀ ਸੀ ਕਹਿਣਾ ਬਾਪੂ ਨੂੰ ਪੁੱਛੋ, ਬਾਪੂ ਦਾ ਆਖਾ, ਕਿਉਂਕਿ ਬਾਪੂ ਜਿਹੜਾ ਹੁੰਦਾ ਸੀ ਉਹ ਹੈੱਡ, ਜਿਵੇਂ ਇੱਥੇ ਹੈੱਡ ਆਫ ਦੀ ਸਟੇਟ ਜਾਂ ਹੈੱਡ ਆਫ ਗੌਰਮੈਂਟ ਨੇ, ਘਰ ਦਾ ਹੈੱਡ ਉਹ ਹੁੰਦਾ ਸੀ ਅਤੇ ਉਹਦੀ ਗੱਲਾਂ ਨੂੰ ਮੰਨਿਆ ਜਾਂਦਾ ਸੀ, ਉਹਨੂੰ ਵਜ਼ਨ ਦਿੱਤਾ ਜਾਂਦਾ ਸੀ। ਅਤੇ ਜੇ ਉੱਥੇ ਨਾ ਆਉਣੀ ਤਾਂ ਪਿੰਡ ਦੀ ਪੰਚਾਇਤ ਹੁੰਦੀ ਸੀ, ਅਤੇ ਪਿੰਡ ਦੀ ਪੰਚਾਇਤ ਜਿਹੜੀ ਉਹ ਸਾਡੀ ਸੁਪਰੀਮ ਕੋਰਟ ਹੁੰਦੀ ਸੀਗੀ। ਪੰਚਾਇਤ ਨੇ ਜੋ ਫੈਸਲਾ ਕਰਤਾ ਉਹ ਫਾਈਨਲ ਹੈ, ਔਰ ਸਾਰੇ ਉਹਨੂੰ ਸਿਰ ਚੁਕਾਉਂਦੇ ਸੀ ਜੀ। ਤਾਂ ਸਾਥੋਂ ਇਹ ਨੈਸ਼ਨਲ ਲੈਵਲ 'ਤੇ ਉਹ ਪੰਚਾਇਤੀ ਸੋਚ ਜਾਂ ਪੰਚਾਇਤੀ ਜਿਹੜੀ ਪ੍ਰਣਾਲੀ ਸੀ, ਵਿਧੀ ਸੀ, ਉਹਨੂੰ ਅਸੀਂ ਅਪਣਾ ਸਕੀਏ। ਕਿਉਂਕਿ ਪਹਿਲਾਂ ਤੋਂ ਐਟੀਟਿਊਡ ਇਹ ਸੀ ਵੀ ਵਟ ਐਵਰ ਆਈ ਐਮ ਸੇਇੰਗ ਦੈਟ ਇਜ਼ ਫਾਈਨਲ, ਮਾਈ ਵਰਲਡ ਇਜ਼ ਦਾ ਫਾਈਨਲ ਵਰਲਡ। ਜਦੋਂ ਇਸ ਤਰ੍ਹਾਂ ਦੀ ਗੱਲ, ਫਿਰ ਤੁਸੀਂ ਬੈਠ ਕੇ ਤੁਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਨਹੀਂ ਨਾ ਕਰ ਰਹੇ, ਫਿਰ ਤਾਂ ਤੁਸੀਂ ਡਿਕਟੇਸ਼ਨ ਦੇ ਰਹੇ ਹੋ। ਅਤੇ ਜਦੋਂ ਤੁਸੀਂ ਡਿਕਟੇਸ਼ਨ ਦਿੰਦੇ ਹੈ, ਮਾੜੀ ਧਿਰ ਡਿਕਟੇਸ਼ਨ ਸੁਣ ਤਾਂ ਲਊ, ਲੇਕਿਨ ਉਹ ਕਨਵਿੰਸ ਨਹੀਂ ਹੋਊਗੀ, ਗੱਲ ਮੰਨਦੀ ਹੈ। ਜੇ ਮਨ ਅੰਦਰੋਂ ਤੁਹਾਡੇ ਨਾਲ ਰਜ਼ਾਮੰਦ ਨਹੀਂ, ਸਹਿਮਤ ਨਹੀਂ, ਬਾਗੋ ਬਾਗ ਨਹੀਂ, ਤਾਂ ਫਿਰ ਜੇ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਕਿਤੇ ਨਾ ਕਿਤੇ ਕੋਈ ਨਾ ਕੋਈ ਛਲ ਉੱਠੇਗੀ, ਉੱਠਦੀਆਂ ਰਹਿੰਦੀਆਂ ਨੇ। ਇਹੀ ਇਸੇ 'ਚੋਂ ਹਿਸਟਰੀਆਂ ਪੈਦਾ ਹੋ ਰਹੀਆਂ ਨੇ। ਅਜੋਕੇ ਪੰਜਾਬ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ, ਅਜੋਕੇ ਜਿਹੜਾ ਸਮਾਂ ਹੁਣ ਚੱਲ ਰਿਹਾ, ਇਸ ਦੇ ਵਿੱਚ ਤੁਸੀਂ ਬੁੱਧੀਜੀਵੀ ਦੇ ਤੌਰ 'ਤੇ ਕਿੱਦਾਂ ਦੇਖਦੇ ਹੋ ਕਿ ਸਿੱਖ ਸਿਆਸਤ ਕਿਸ ਪਾਸੇ ਵੱਲ ਜਾ ਰਹੀ ਹੈ ਅਤੇ ਕਿਸ ਪਾਸੇ ਵੱਲ ਇਸ ਨੂੰ ਜਾਣਾ ਚਾਹੀਦਾ ਹੈ? ਦੋ ਸਵਾਲ ਹੋ ਗਏ ਹੁਣ ਇੱਥੇ, ਕਿਸ ਪਾਸੇ ਵੱਲ ਨੂੰ ਜਾ ਰਹੀ ਹੈ ਅਤੇ ਕਿਸ ਪਾਸੇ ਵੱਲ ਨੂੰ ਜਾਣਾ ਚਾਹੀਦਾ ਹੈ? ਬਹੁਤ ਬਲੰਟ ਆਖਾਂ, ਬਿਲਕੁਲ ਇਹ ਜਹਨਮ ਵੱਲ ਜਾ ਰਹੀ ਹੈ ਜੀ, ਮੜੀਆਂ ਵੱਲ ਜਾ ਰਹੀ ਹੈ, ਬਰਬਾਦੀ ਵੱਲ ਜਾ ਰਹੀ ਹੈ। ਕਿਸ ਤਰ੍ਹਾਂ ਕਹਿੰਦੇ ਹੋ? ਕਿਉਂਕਿ ਇਹਨਾਂ ਦੇ ਸਾਹਮਣੇ ਕੋਈ ਵਿਜ਼ਨ ਨਹੀਂ ਹੈਗਾ, ਇਹ ਟਪਲੇਬਾਜ਼ੀ ਨਾਲ ਚੱਲ ਰਿਹਾ ਹੈ। ਵੇਖੋ, ਜਦ ਤੱਕ ਤੁਹਾਡੇ ਸਾਹਮਣੇ ਕੋਈ, ਪਹਿਲੇ ਤਾਂ ਕਹਿੰਦੇ ਕੋਈ ਅਸਾਰੂ ਕੰਸਟਰਕਟਿਵ ਵਿਚਾਰ ਨਹੀਂ ਜੀ, ਅਤੇ ਉਸ ਵਿਚਾਰ ਨੂੰ ਤੁਸੀਂ ਕੰਸਿਸਟੈਂਟਲੀ ਫੋਲੋ ਨਹੀਂ ਕਰ ਰਹੇ, ਔਰ ਉਸ ਵਿਚਾਰ ਬਾਰੇ ਜਿਹੜੇ ਮਦੱਬਰ ਨੇ ਜੀ, ਵੇਖੋ ਹਰ ਕੌਮ 'ਚ, ਇਕੱਲੇ ਪੰਜਾਬ ਦੀ ਨਹੀਂ ਗੱਲ, ਵਰਲਡ 'ਤੇ ਕਿਸੇ ਲੈ ਲਓ, ਆਦਿ ਜ਼ਮਾਨੇ ਤੋਂ ਬਾਬੇ ਆਦਮ ਤੋਂ ਲੈ ਕੇ ਮਦੱਬਰ ਵੀ ਹੋਏ ਨੇ, ਸਧਾਰਨ ਬੰਦੇ ਹੋਏ, ਸਧਾਰਨ ਤੋਂ ਥੱਲੇ ਵੀ ਹੋਏ ਨੇ। ਅਗਰ ਆਪਾਂ ਇਸ ਲੋਕ 'ਤੇ ਵੰਡ ਕਰ ਲਈਏ, ਜਿਹਨੂੰ ਆਪਾਂ ਰਹਿਬਰ ਕਹਿੰਦੇ ਹਾਂ, ਲੀਡਰ ਕਹਿੰਦੇ ਹਾਂ, ਆਗੂ ਕਹਿੰਦੇ ਹਾਂ, ਉਹਨਾਂ ਨੂੰ ਆਪਾਂ ਮਦੱਬਰਾਂ ਵਾਲੇ ਲੈਵਲ 'ਚ ਹੀ ਸਾਨੂੰ ਮਿਸਲਣਾ ਚਾਹੀਦਾ, ਔਰ ਮਦੱਬਰਾਂ ਵਾਲਾ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਸਿਆਣਿਆਂ ਵਾਲਾ, ਸੁਲਝੇ ਵਾਲਾ, ਬਜ਼ੁਰਗਾਂ ਬਜ਼ੁਰਗੀ ਵਾਲਾ। ਅਗਰ ਉਹ ਸਾਡੇ ਜਿਹੜੇ, ਉਹ ਆਪਣਾ ਫਰਜ਼ ਹੈ ਜਿਹੜਾ,
ਉਹ ਨਹੀਂ ਨਿਭਾਉਣਗੇ, ਇੱਥੇ ਫਿਰ ਉਹ ਗੱਲ ਆ ਜਾਂਦੀ ਹੈ ਜਥਾ ਰਾਜਾ ਤਥਾ ਪਰਜਾ। ਅਗਰ ਹਕੂਮਤ ਰਾਜੇ ਜਿਹੜੇ ਕੰਟਰੀ ਦੇ ਰਹਿਬਰ ਨੇ ਜਿਨ੍ਹਾਂ ਨੇ ਸਾਨੂੰ ਅਗਵਾਈ ਦੇਣੀ ਆ, ਅਗਰ ਉਹੀ ਉਲਝੇ ਹੋਣਗੇ ਤਾਂ ਉਹਨਾਂ ਦੇ ਮਨ 'ਚ ਖੋਟ ਹੋਏਗੀ, ਉਹਨਾਂ ਦੇ ਮਨ 'ਚ ਤੁਅਸਬ ਹੋਏਗਾ, ਵਿਤਕਰਾ ਹੋਏਗਾ। ਕਿਉਂਕਿ ਭਾਰਤ ਜਿਹੜਾ ਇਹ ਮਲਟੀ ਕਲਚਰਲ ਹੈ, ਮਲਟੀ ਲਿੰਗੁਇਸਟਿਕ ਹੈ, ਮਲਟੀ ਸੋਸ਼ਲ ਵੈਲਿਊਜ਼ ਨੇ। ਬੜਿਆਂ ਐਂਗਲਾਂ ਤੋਂ ਅਸੀਂ ਬੜਿਆਂ ਐਂਗਲਾਂ ਤੋਂ ਮਲਟੀ ਹਾਂ, ਅਤੇ ਜੇ ਮਲਟੀ ਹਾਂ ਤਾਂ ਮਲਟੀ ਨੂੰ ਇੱਕ ਦੂਜੇ ਦੇ ਵਿੱਚ ਉਹਨਾਂ ਦੀ ਬੁਨਤੀ ਬਣਾ ਕੇ ਰੱਖਣੀ, ਇਹੀ ਤਾਂ ਰਹਿਬਰੀ ਹੈ ਨਾ। ਅਤੇ ਜੇ ਅਸੀਂ ਬੁਨਤੀ ਨਹੀਂ ਬਣਾ ਸਕਦੇ ਤਾਂ ਉਹਨੂੰ ਸਗੋਂ ਕਈ ਵਾਰ ਬੁਨਤੀ ਬਣੀ ਨੂੰ ਵੀ ਖੇਰੂੰ ਖੇਰੂੰ ਕਰ ਜਾਂਦੇ ਹਾਂ। ਕਿਉਂ ਕਰ ਜਾਂਦੇ ਹਾਂ? ਕਿਉਂਕਿ ਖੇਰੂੰ ਖਰ ਕਰਨ ਦੇ ਵਿੱਚ ਸਾਡੇ ਰਹਿਬਰ ਦਾ, ਕਹਿ ਲਓ ਮੈਂ ਹੀ ਹਾਂ ਜੇ ਇੱਕ ਮਿੰਟ ਫਰਜ਼ ਕਰ ਲਓ, ਉਹਦੇ ਵਿੱਚ ਕੋਈ ਮੇਰਾ ਆਪਣਾ ਨਿੱਜੀ ਸਵਾਰਥ ਕੋਈ ਮਤਲਬ ਹੋ ਸਕਦਾ, ਜਾਤੀ ਹੋ ਸਕਦਾ, ਆਰਥਿਕ ਹੋ ਸਕਦਾ, ਸੋਸ਼ਲ ਹੋ ਸਕਦਾ, ਪੋਲੀਟੀਕਲ ਹੋ ਸਕਦਾ। ਦੂਜਿਆਂ ਦੇ ਵਿੱਚ ਤਾਂ ਕਈ ਵਾਰ ਕੋਈ ਇੰਨਾ ਹਾਰਮ ਨਹੀਂ ਹੁੰਦਾ, ਪਰ ਜਦੋਂ ਉਹ ਆਰਥਿਕ ਅਤੇ ਪੋਲੀਟੀਕਲ ਮਕਸਦ ਦਾ ਪ੍ਰਭਾਵ ਕਿਸੇ ਇੱਕ ਵਿਅਕਤੀ ਜਾਂ ਇੱਕ ਪਾਰਟੀ ਜਾਂ ਇੱਕ ਗਰੁੱਪ ਦੇ ਵਿੱਚ ਆ ਜਾਏ, ਉਹ ਲਾਜ਼ਮੀ ਤੌਰ 'ਤੇ ਆਪਣੀ ਸੁਪਰੀਮੇਸੀ ਲਈ ਦੂਜੀ ਧਿਰ ਨੂੰ ਜਾਂ ਦੂਜਿਆਂ ਨੂੰ ਜਾਂ ਮਿਸਗਾਈਡ ਕਰੇਗਾ ਜਾਂ ਉਹਨਾਂ ਨੂੰ ਸਪਰੈਸ ਕਰੇਗਾ, ਓਪਰੈਸ ਕਰੇਗਾ। ਇਹੀ ਬਦਕਿਸਮਤੀ ਨਾਲ ਹਿੰਦੁਸਤਾਨ 'ਚ 1947 ਤੋਂ ਬਾਅਦ ਖਾਸ ਕਰਕੇ ਦਿਨ ਬ ਦਿਨ ਇਹ ਜਿਹੜਾ ਇਹ ਸਲਿਪਰੀ ਸਲੋਪ ਵਾਂਗੂ ਇੱਕ ਵਾਰ ਪੈ ਗਏ ਨੇ ਥੱਲੇ ਨੂੰ, ਡਾਊਨਵਰਲਡ ਜਾ ਰਿਹਾ ਵਾ, ਜਿੱਥੋਂ ਤੱਕ ਮੇਰਾ ਇਸ ਬਾਰੇ ਮੇਰੀ ਅਬਜ਼ਰਵੇਸ਼ਨ ਹੈ ਜਾਂ ਮੇਰੀ ਜਿਹੜੀ ਪਕੜ ਹੈਗੀ ਆ। ਔਰ ਹੁਣ ਨੌਬਤ ਇਹ ਆ ਚੁੱਕੀ ਹੈ, ਕਈ ਵਾਰ ਇੰਨੀ ਫਿਕਰਮੰਦੀ ਹੋ ਜਾਂਦੀ ਹੈ ਵੀ ਕੀ ਅਸੀਂ ਕੋਈ ਕਰੈਕਟਿਵ ਮੈਥਡ ਅਪਲਾਈ ਕਰਨ ਦੇ ਕਾਬਿਲ ਹੈ ਹਾਂ ਕਿ ਨਹੀਂ ਹੈ, ਜਾਂ ਕਰੈਕਟਿਵ ਆਪਾਂ ਜਿਹੜੇ ਕੋਰਸ ਹੁੰਦੇ ਆ, ਕੋਰਸ ਕਰੈਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਸੁਧਾਰ ਕਰ ਲੈਣਾ। ਗਲਤੀ ਕਰਦੇ ਹਾਂ, ਟੂ ਆਰ ਇਜ਼ ਹਿਊਮਨ। ਇਹ ਛੋਟੇ ਲੈਵਲ 'ਤੇ ਵੀ ਹੈ, ਕੁਲੈਕਟਿਵ ਲੈਵਲ 'ਤੇ ਵੀ ਹੈ। ਟੂ ਆਰ ਇਜ਼ ਹਿਊਮਨ, ਸਾਡੀ ਸੁਸਾਇਟੀ ਹਿਊਮਨਾਂ ਦੀ ਬਣੀ ਆ ਨਾ, ਬਾਕੀ ਤੁਸੀਂ ਪ੍ਰਕਿਰਤੀ ਜਿਹੜੇ ਬਾਕੀ ਛੱਡ ਦਿਉ, ਜੋ ਲਾਈਫ ਹੈਗੀ ਆ, ਪਸ਼ੂ ਪੰਛੀ ਪਰਿੰਦੇ ਆਏ, ਉਹਨਾਂ ਦੀ ਗੱਲ ਆਪਾਂ ਨਹੀਂ ਇੱਥੇ ਕਰਾਂਗੇ। ਸਾਡਾ ਜਿਹੜਾ ਹੈਗਾ ਮਕਸਦ ਹੈਗਾ ਹਿਊਮਨ ਸੁਸਾਇਟੀ ਦੇ ਨਾਲ ਸੰਬੰਧਿਤ ਆਪਾਂ ਗੱਲ ਕਰ ਰਹੇ ਹਾਂ, ਜੇ ਮੈਂ ਗਲਤ ਨਹੀਂ ਤਾਂ ਜੀ। ਉੱਥੇ ਗਲਤੀਆਂ ਹੁੰਦੀਆਂ ਨੇ, ਕਰਦੇ ਨੇ, ਸਾਰੀ ਦੁਨੀਆਂ 'ਚ ਕਰਦੇ ਨੇ, ਲੇਕਿਨ ਜਿਹੜੇ ਸਿਆਣੇ ਕੰਟਰੀ ਨੇ, ਸਿਆਣੇ ਸਮਾਜ ਨੇ, ਸਿਆਣੇ ਪੋਲੀਟੀਸ਼ੀਅਨ ਨੇ, ਸਿਆਣੇ ਇਕਨੋਮਿਸਟ ਨੇ, ਸੋਸ਼ਲਿਸਟ ਨੇ, ਉਹ ਕੋਰਸ ਕਰੈਕਸ਼ਨ ਬੜੀ ਛੇਤੀ ਕਰਦੇ ਆ। ਸਾਡੀ ਪ੍ਰੋਬਲਮ ਹੈਗੀ ਆ, ਮੈਨੂੰ ਇਸ ਗੱਲ ਦੇ ਉੱਤੇ ਵੀ ਕਈ ਵਾਰ ਬੜਾ ਅਫਸੋਸ ਹੁੰਦਾ ਕਿ ਅਸੀਂ ਜੋ ਇੱਕ ਕੋਰਸ ਕੋਈ ਚੀਜ਼ ਇੱਕ ਧਾਰਨਾ ਬਣਾ ਲੈਂਦੇ, ਕਰ ਲੈਂਦੇ, ਅਸੀਂ ਉਹਦੇ 'ਤੇ ਬਜ਼ਿੱਦ ਹੋ ਜਾਂਦੇ ਹਾਂ। ਨਹੀਂ ਇਹ ਚੀਜ਼ ਤੂੰ ਕੌਣ ਹੁੰਦਾ, ਤਦਲੇ ਤੈਨੂੰ ਕੀ ਪਤਾ ਵਾ। ਉਹ ਗੱਲ ਫਿਰ ਉੱਥੇ ਕਿ ਮਾਈ ਵਰਲਡ ਇਜ਼ ਦਾ ਲਾਸਟ ਵਰਲਡ, ਜੋ ਮੈਂ ਕਹਿਤਾ ਇਹ ਖੁਦਾ ਦਾ ਲਫ਼ ਖੁਦਾ ਦਾ ਬਚਨ ਹੈ। ਔਰ ਜੋ ਇਸ ਤਰ੍ਹਾਂ ਹੋਵੇ ਫਿਰ ਉਹ ਅਸੀਂ ਇਹ ਧਾਰਨਾ ਜਿਹੜੀ ਇਹ ਸਮਾਜਿਕ ਨਹੀਂ ਹੈਗੀ, ਅਤੇ ਜ ਬੁਨਿਆਦੀ ਤੌਰ 'ਤੇ ਮੰਨਿਆ ਜਾਂਦਾ ਤਾਂ ਹੈ ਵੀ ਹੈ ਕਿ ਅਸੀਂ ਸਮਾਜਿਕ ਪ੍ਰਣਾਲੀ ਪ੍ਰਾਣੀ ਹਾਂ, ਸੋਰੀ ਸਲਿਪ ਟੰਗ ਸਲਿਪ ਹੋ ਗਈ, ਅਸੀਂ ਸਮਾਜਿਕ ਪ੍ਰਾਣੀ ਹਾਂ। ਜੇ ਸਮਾਜਿਕ ਪ੍ਰਾਣੀ ਨਹੀਂ ਤਾਂ ਅਸੀਂ ਪਸ਼ੂ ਹਾਂ,
ਜੇ ਪਸ਼ੂ ਨੇ ਤਾਂ ਸਮਾਜਿਕ ਪ੍ਰਾਣੀ ਆ, ਦੋ ਚੀਜ਼ਾਂ ਕੋ ਐਗਜਿਸਟ ਨਹੀਂ ਕਰ ਸਕਦੀਆਂ। ਅਤੇ ਜੇ ਸਮਾਜਿਕ ਪ੍ਰਾਣੀ ਆ ਤਾਂ ਸਾਡਾ ਬਿਹੇਵੀਅਰ ਜਿਹੜਾ ਫਿਰ ਉਹ ਸਮਾਜਿਕ ਵੈਲਿਊ ਦੇ ਮੁਤਾਬਕ ਚੱਲਣਾ ਚਾਹੀਦਾ। ਜਿੱਥੇ ਸਮਾਜ ਤਾਂ ਹੀ ਬਣੂਗਾ ਨਾ ਜੇ ਸਹਿਣਸ਼ੀਲਤਾ ਵਾ ਜੀ, ਜਿੱਥੇ ਗੱਲ ਕਰ ਸਕਦੇ ਹੋ ਅਤੇ ਗੱਲ ਸੁਣਨ ਦਾ ਤੁਹਾਡੇ ਕੋਲ ਜਜ਼ਬਾ ਵੀ ਹੈ। ਅਤੇ ਜਿਹੜੇ ਮਦੱਬਰ ਨੇ ਸਿਆਣੇ ਵੈਸਟ ਦੇ ਵੀ ਅਤੇ ਆਪਣੇ ਈਸਟ ਦੇ ਵੀ, ਇਸ ਦੇ ਵਿੱਚ ਵੀ ਬੜੇ ਬੜੇ ਪੁਰਾਣੇ, ਤੁਸੀਂ ਗ੍ਰੰਥ ਪੁਰਾਣੇ ਸੁਸਾਇਟੀਆਂ ਦੇ ਗਿਆਨ ਵੱਲ ਵੇਖ ਲਓ। ਵਰਲਡ ਦੇ ਵਿੱਚ ਅਸੀਂ ਬੜੀਆਂ ਉੱਚ ਪਾਏ ਦੀਆਂ ਗੱਲਾਂ ਸਾਡੇ ਬਜ਼ੁਰਗਾਂ ਨੇ ਕੀਤੀਆਂ, ਅਤੇ ਜੇ ਅਸੀਂ ਸਾਨੂੰ ਕੋਈ ਗੱਲ ਨਹੀਂ ਕਰ ਲੈਂਦਾ ਕੰਮ ਤਾਂ ਉੱਥੇ ਹੀ ਵਿਗੜ ਗਿਆ। ਅਤੇ ਜੇ ਕਿਸੇ ਦੀ ਗੱਲ ਨੂੰ ਮੈਂ ਸਹਿਣ ਹੀ ਨਹੀਂ ਕਰ ਰਿਹਾ ਗੱਲ, ਫਿਰ ਉੱਥੇ ਵਿਗੜ ਗਈ। ਇਹ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਇੱਕ ਦੂਜੇ ਨੂੰ ਅੰਡਰਸਟੈਂਡਿੰਗ, ਬਰਦਾਸ਼ਤ ਕਰਨਾ, ਸਮਝਣਾ, ਸੁਣਨਾ, ਔਰ ਫਿਰ ਉਹਨੂੰ ਫਿਰ ਚਿੰਤਨ ਪੈਦਾ ਹੋ ਜਾਂਦਾ ਇਹ 'ਚੋਂ। ਜੋ ਚਿੰਤਨ ਪੈਦਾ ਹੋ ਗਿਆ ਤੁਸੀਂ ਗੱਲ ਨੂੰ ਥਰੈਸ਼ ਕਰੋਗੇ, ਉਹਦੇ ਨਫੇ ਨੁਕਸਾਨ ਹਾਨ ਲਾਭ ਸੋਚੋਗੇ, ਅਤੇ ਫਿਰ ਇੱਕ ਕਲੈਕਟਿਵ ਡਿਸੀਜ਼ਨ ਆ ਜਾਂਦਾ, ਜਿਹਨੂੰ ਹੁਣ ਆਪਾਂ ਪਾਰਲੀਮੈਂਟ ਕਹਿੰਦੇ ਜਾਂ ਪੰਚਾਇਤ ਕਹਿੰਦੇ ਜਾਂ ਜੋ ਫੈਮਿਲੀ ਕਹਿ ਲਓ, ਕੋਈ ਕਿਸੇ ਲੈਵਲ 'ਤੇ ਕਹਿ ਲਓ, ਉਹਦੇ ਲਈ ਬਹੁਤ ਸਭ ਤੋਂ ਬੁਨਿਆਦੀ ਲੋੜ ਇਸ ਫੀਲਡ ਦੇ ਵਿੱਚ ਹੈਗੀ ਹੈ, ਗੱਲ ਸੁਣੋ ਔਰ ਸੁਣਾਓ। ਤਾਂ ਗੱਲ ਜਿਹੜੀ ਹੋ ਰਹੀ ਸੀ ਆਪਣੀ ਵੀ ਸਿੱਖ ਸਿਆਸਤ ਜਿਹੜੀ ਤੁਸੀਂ ਕਿਹਾ ਕਿ ਸਲਿਪਰੀ ਸਲੋਪ ਵੱਲ ਜਾ ਰਹੀ ਹੈ, ਨਿਗਾਰ ਵੱਲ ਜਾ ਰਹੀ ਹੈ, ਕੋਈ ਧਿਰ ਜਿਹੜਾ ਹੈ ਕੋਈ ਐਸਾ ਬਣਦਾ ਨਹੀਂ ਨਜ਼ਰ ਆ ਰਿਹਾ, ਜਿਹੜੀ ਸਿੱਖਾਂ ਦੀ ਗੱਲ ਕਰੇ, ਸਿੱਖੀ ਦੀ ਗੱਲ ਕਰੇ, ਜਾਂ ਜਿਹੜਾ ਹੈ ਜੋ ਸਿਆਸਤ ਵਿੱਚ ਚੱਲ ਰਿਹਾ ਪੰਜਾਬੀਅਤ ਦੀ ਗੱਲ ਕਰੇ, ਵਿਰਸੇ ਦੀ ਗੱਲ ਕਰੇ, ਕੀ ਕਹਿੰਦੇ ਤੁਸੀਂ ਜੀ? ਆਪਣਾ ਮੇਰੇ ਵੀਰ, ਜਿੱਥੋਂ ਤੱਕ ਤੁਸੀਂ ਆਹ ਗੱਲ ਜਾਂ ਆਹ ਟੌਪਿਕ ਉਧੇੜਿਆ ਅਤੇ ਇਹਨੂੰ ਸ਼ੁਰੂ ਕੀਤਾ ਨਾ, ਇਹ ਬੜਾ ਸੈਂਸਿਟਿਵ ਹੈ, ਔਰ ਮੈਂ ਵੀ ਕੋਈ ਇਹਦੇ ਬਾਰੇ ਕੋਈ ਐਡਵਾਈਸ ਦੇ ਤੌਰ 'ਤੇ ਜਾਂ ਇਸ ਭਾਵਨਾ ਨਾਲ ਕੋਈ ਆਖਰੀ ਗੱਲ ਕਰਨ ਦੀ ਨਾ ਤਾਂ ਹੈਸੀਅਤ ਰੱਖਦਾ ਨਾ ਕਾਬਲੀਅਤ, ਲੇਕਿਨ ਥੋੜ੍ਹੀ ਬਹੁਤੀ ਜੋ ਬੋਧ ਪਰਮਾਤਮਾ ਨੇ ਦਿੱਤੀ ਹੈ ਉਹਦੇ ਮੁਤਾਬਕ ਜੋ ਕੁਛ ਬਾਹਰ ਜ਼ਮੀਨੀ ਪੱਧਰ 'ਤੇ ਵਾਪਰ ਰਿਹਾ ਸਿੱਖ ਸਿਆਸਤ ਦੇ ਵਿੱਚ, ਇਹ ਸਾਰੇ ਦੇ ਸਾਰੇ ਨਕਾਰਾਤਮਕ ਚੱਲ ਰਿਹਾ ਜੀ। ਕੋਈ ਵੀ ਚੀਜ਼ ਜਿਹੜੀ ਆ ਉਹ ਪੋਜ਼ਿਟਿਵ ਢੰਗ ਨਾਲ ਨਹੀਂ ਸੋਚੀ ਜਾ ਰਹੀ। ਪਹਿਲੀ ਗੱਲ ਕਿ ਇਹਨਾਂ ਦੇ ਵਿੱਚ ਧੜੇ ਹੀ ਇੰਨੇ ਨੇ, ਪੰਜਾਬੀ ਦੇ ਵਿੱਚ ਆਪਣੇ ਇੱਕ ਪਿੰਡਾਂ ਦੇ ਵਿੱਚ ਆਮ ਕਹਿ ਜਾਂਦੇ ਹੰਨੇ ਹੰਨੇ ਮੀਰ, ਹਰ ਬੰਦਾ, ਹਰ ਵਿਅਕਤੀ, ਹਰ ਜਥੇਬੰਦੀ, ਹਰ ਛੋਟਾ ਵੱਡਾ ਗਰੁੱਪ, ਇਹ ਗੱਲ ਪਹਿਲਾਂ ਵੀ ਮੈਂ ਹੁਣ ਪਿੱਛੇ ਕਰ ਚੁੱਕਾ, ਅੱਜ ਹੀ ਜਿਹੜਾ ਵੀ ਹੈ ਕੋਈ ਉਹ ਸਮਝਦਾ ਕਿ ਜੋ ਮੈਂ ਹਾਂ ਹੋਰ ਕੋਈ ਨਹੀਂ, ਮੇਰਾ ਲਫ਼ਜ਼ ਆਖਰੀ ਲਫ਼ਜ਼ ਹੈ, ਮੇਰੀ ਸੋਚ ਸਭ ਤੋਂ ਉੱਤਮ ਸੋਚ ਹੈ। ਕਦੇ ਵੀ ਕਿਸੇ ਨੇ ਕਿਹਾ ਜੀ ਆਹ ਮੇਰੇ ਕੋਲ ਆਹ ਨੁਕਤਾ ਹੈਗਾ, ਤੁਹਾਡੇ ਕੋਲ ਆਹ ਨੁਕਤਾ, ਆਪਾਂ ਇਕੱਠੇ ਕਰਕੇ ਬਹਿ ਕੇ ਆਪਾਂ ਇਹਦੇ 'ਤੇ ਵਿਚਾਰ ਕਰ ਲਈਏ, ਉਹਨੂੰ ਇਹਨੂੰ ਛਾਣ ਕੇ ਇਹਨੂੰ ਥਰੈਸ਼ ਕਰਕੇ ਆਪਾਂ ਕੋਈ ਇੱਕ ਯੂਨਾਈਟਿਡ ਅਪਰੋਚ ਬਣਾਈਏ। ਅਤੇ ਸਿੱਖਾਂ ਦੇ ਬਾਰੇ ਤਾਂ ਹੁਣ ਤੁਸੀਂ ਵੇਖ ਲਓ ਜਿੰਨੇ ਇਹਨਾਂ ਦੇ ਧੜੇ ਅਤੇ ਜਿੰਨੇ ਇਹਨਾਂ ਦੇ ਵਿੱਚ ਮੁਫਾਦਾਂ ਦਾ ਟਕਰਾਓ ਹੈਗਾ ਵਾ, ਉਹਦੇ ਹਿਸਾਬ ਨਾਲ ਤਾਂ ਮੈਂ ਇਹ ਕਹਿਣ ਨੂੰ ਤਿਆਰ ਹਾਂ ਵੀ ਇੱਕ ਬੜੀ ਪੇਂਡੂ ਜੀ ਤੁਹਾਨੂੰ ਮੈਂ ਗੱਲ ਕਹਿ ਕੇ ਇਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰੂੰਗਾ। ਖੋਤੇ ਦੇ ਸਿਰ ਦੇ ਉੱਤੇ ਸਿੰਘ ਤਾਂ ਉੱਗ ਸਕਦੇ ਆ ਪਰ ਇਹ ਇਕੱਠੇ ਨਹੀਂ ਹੋ ਸਕਦੇ, ਇਹਨਾਂ ਘਮੰਡ ਆ,
ਹਉਮੇ ਆ, ਇਹਨਾਂ ਦੇ ਵਿੱਚ ਸਵਾਰਥ ਆ, ਇਹਨਾਂ ਦੇ ਵਿੱਚ ਪੈਰ ਪੈਰ 'ਤੇ ਕਲੈਸ਼ ਹੈ। ਉਹ ਜਿਹੜਾ ਸੀ ਨਾ ਕੁਰਬਾਨੀ ਦੀ ਭਾਵਨਾ, ਕੁਰਬਾਨੀ ਸਿਰਫ ਇਹ ਨਹੀਂ ਹੈਗੀ ਤੁਸੀਂ ਸੀਸ ਦੇ ਤਾ ਅਤੇ ਇਹ ਕੁਰਬਾਨੀ ਆ, ਕੁਰਬਾਨੀ ਦੀ ਇਹ ਇੰਤਹਾਵ ਆ। ਕੁਰਬਾਨੀ ਤਾਂ ਪੈਰ ਪੈਰ 'ਤੇ ਹੁੰਦੀ ਹੈ। ਮੇਰੇ ਕੋਲ ਇੱਕ ਰੋਟੀ ਹੈ, ਖਾਂਦਿਆਂ ਤੁਸੀਂ ਆ ਗਏ, ਮੈਂ ਅੱਧੀ ਰੋਟੀ ਤੁਹਾਨੂੰ ਫੜਾ ਤੀ। ਇਹ ਜਜ਼ਬਾ ਹੋਣਾ ਚਾਹੀਦਾ ਵਾ। ਜਦ ਤੱਕ ਅਸੀਂ ਗਿਵ ਐਂਡ ਟੇਕ ਨਹੀਂ ਕਰਦੇ, ਇੱਕ ਦੂਜੇ ਨੂੰ ਕਨਵਿੰਸ ਨਹੀਂ ਕਰਦੇ ਅਤੇ ਕਨਵਿੰਸ ਹੋਣ ਲਈ ਤਿਆਰ ਨਹੀਂ, ਅਸੀਂ ਕੋਈ ਵੀ ਯੂਨਾਈਟਿਡ ਐਫਰਟ ਨਹੀਂ ਕਰ ਸਕਦੇ। ਇਸ ਵੇਲੇ ਜਿਹੜੇ ਹਨ ਸਾਡੇ ਵਿੱਚ ਤਮਾ, ਈਗੋ, ਹੰਕਾਰ, ਲਾਲਚ, ਐਂਡ ਤੁਸੀਂ ਬਹੁਤ ਸਿੰਪਲ ਜਿਹੇ ਲੈਵਲ ਦੇ ਉੱਤੇ ਤੁਸੀਂ ਅਗਰ ਵੇਖ ਲਓ ਕਿ ਸਾਡੇ ਰਹਿਬਰਾਂ ਦੇ ਵਿੱਚ ਇਕਨੋਮਿਕ ਤੌਰ 'ਤੇ ਉੱਠੇ ਕਿੱਥੋਂ ਸੀ ਅਤੇ ਪਹੁੰਚੇ ਕਿੱਥੇ ਆ। ਅਸਲ ਗੱਲ ਇਹ ਹੈ, ਇਹ ਕਿੱਥੋਂ ਕੁਛ ਅਸਮਾਨੋਂ ਡਿੱਗਿਆ ਵਾ। ਦੇਖੋ 100 ਰੁਪਈਆ ਵਾ ਅਤੇ ਤੁਸੀਂ 80 ਲੈ ਗਏ, ਮੇਰੇ ਕੋਲ 20 ਰਹਿ ਗਏ, ਅਤੇ ਜੇ ਮੈਂ ਤੁਹਾਡੇ ਕੋਲ 70 ਖੋਲੇ ਤੁਹਾਡੇ ਕੋਲ 30 ਰਹਿ ਗਏ। ਇਹ ਜਿਹੜਾ ਮਟੀਰੀਅਲ, ਜਿਹੜੀ ਸਾਡੀ ਮਟੀਰੀਅਲ ਵਰਥ ਹੈ, ਸਾਡੀ ਜਿਹੜੀ ਇਕੋਨਮੀ ਆ, ਸਾਡਾ ਸਰਮਾਇਆ ਵਾ, ਸਾਡਾ ਜੋ ਕੁਛ ਹੈ, ਇੱਕੋ ਇੱਕ ਸਰਟਨ ਵੋਲਿਊਮ ਦਾ ਹੈਗਾ ਵਾ। ਉਹਦੇ ਜਿਹੜੀ ਅਗਲੇ ਪਾਸੇ ਵੰਡ ਹੈਗੀ ਆ, ਉਹ ਵੰਡ ਇੰਪਰੋਪਰ ਆ। ਪਹਿਲੀ ਗੱਲ ਤਾਂ ਉਹ ਉਂਝ ਇੰਪਰੋਪਰ ਆ, ਅਤੇ ਜਿੱਥੇ ਇੰਪਰੋਪਰ ਛੋਟੇ ਲੈਵਲ 'ਤੇ ਆ, ਜਾਂ ਉਹ ਦਿਸਦਾ ਵੀ ਇਸ ਉਹ ਜਿਹੜੀ ਥੋੜ੍ਹੀ ਕੁ ਜਾਇਜ਼ ਢੰਗ ਦੇ ਨਾਲ ਉਹਨੂੰ ਗਰੋ ਕਰਨਾ ਵਾ, ਉਹ ਨਹੀਂ ਹੋ ਰਿਹਾ, ਅਤੇ ਫਿਰ ਅਸੀਂ ਨਜਾਇਜ਼ ਵਿਧੀਆਂ ਦੇ ਵਿੱਚ ਆ ਜਿਹੜੇ ਘੁਟਾਲੇ ਦੂਜੇ ਤੀਜੇ ਜੋ ਕੁਛ ਚੱਲ ਰਿਹਾ, 1,000,000 ਦੀ ਸਵਿਟਰਲੈਂਡ ਚਲਿਆ ਗਿਆ, 1,000,000 ਫਲਾਣੇ ਥਾਂ ਚੱਲਿਆ ਗਿਆ, ਉਹ ਜਿਹੜੇ ਅਸੀਂ ਸੋਚਦੇ ਸਾਂ ਵੀ ਉਹ ਬਾਹਰ ਵਾਲਾ ਆਊਗਾ, ਉਹ ਵੀ ਨਹੀਂ ਆਇਆ। ਹੋਰ ਹੀ ਖਬਰਾਂ ਅਖਬਾਰ ਭਰੀ ਹੁੰਦੀ ਆ। ਜਿਸ ਸਾਡੀ ਅਖਬਾਰ ਦੇ ਵਿੱਚ ਕਤਲ, ਰੇਪ, ਘੁਟਾਲੇ ਨਾ ਹੋਣ, ਮੈਂ ਤਾਂ ਅਜੇ ਤੱਕ ਕੋਈ ਪੇਪਰ ਨਹੀਂ ਪੜ੍ਹ ਸਕਿਆ ਕਈਆਂ ਸਾਲਾਂ ਤੋਂ। ਔਰ ਇਹਦੀ ਗਿਣਤੀ ਅਤੇ ਇਹਦੀ ਸ਼ਿੱਦਤ ਦਿਨ ਬ ਦਿਨ ਵੱਧ ਰਹੀ ਹੈ ਜੀ। ਔਰ ਮੈਂ ਸਮਝਦਾ ਇਹ ਸਾਰੀ ਸਾਰੀ ਚੀਜ਼ ਬੜੀ ਸ਼ਰਮਨਾਕ ਹੈ। ਅਗਲੇ ਪਾਸੇ ਹੈ ਵੀ ਇਹਨੂੰ ਬੰਦ ਕੌਣ ਕਰੇ। ਗੱਲ ਫਿਰ ਉੱਥੇ ਆਉਂਦੀ ਹੈ, ਸਾਡੇ ਪਾਸ ਧਾਰਮਿਕ ਲੀਡਰ ਨੇ, ਹਾਲਾਂਕਿ ਉਹ ਧਾਰਮਿਕ ਲੀਡਰਾਂ ਨੂੰ ਮੈਂ ਧਾਰਮਿਕ ਲੀਡਰ ਨਹੀਂ ਕਹੂੰਗਾ। ਮੇਰੇ ਦਿਮਾਗ 'ਚ ਇੱਕ ਚੀਜ਼ ਬੜੀ ਮੈਨੂੰ ਤੰਗ ਕਰੀ ਹੈ, ਅਸੀਂ ਮਜ਼ਹਬੀ ਲੀਡਰ, ਮਜ਼ਹਬ ਸਾਡੇ ਕੋਲ, ਰਿਲੀਜਨ, ਧਰਮ ਅਤੇ ਰਿਲੀਜਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਅਸੀਂ ਧਰਮੀ ਹੋਈਏ ਤਾਂ ਕੋਈ ਸਮੱਸਿਆ ਨਹੀਂ ਪੈਦਾ ਹੁੰਦੀ। ਧਰਮੀ ਦੇ ਵਿੱਚ ਸਮਰਪਣ ਹੈ ਅਤੇ ਦਇਆ ਅਤੇ ਦੇਣ ਦੀ ਭਾਵਨਾ ਵਾ। ਮਜ਼ਹਬ ਦੇ ਵਿੱਚ ਕੱਟ ਵੱਡ ਮਾਰਨ ਦੀ, ਖੋਹਣ ਦੀ ਅਤੇ ਦੂਜੇ ਨੂੰ ਨੀਵਾਂ ਵਿਖਾਉਣ ਦੀ ਜਿਹੜੀ ਰੁਚੀ ਹੁੰਦੀ ਹੈ। ਔਰ ਇਸ ਕਰਕੇ ਸਾਡੇ ਵਿੱਚ ਜਿਹੜੀ ਹੈ ਨਾ, ਇਕੱਲੇ ਸਿੱਖ ਰਿਲੀਜਨ ਦੇ ਨਾਤੇ ਨਹੀਂ ਮੈਂ ਗੱਲ ਕਰ ਰਿਹਾ, ਬਾਹਰ ਦੇ ਇੱਕ ਤਾਂ ਅਸੀਂ ਇਹ ਹੁੰਦਾ ਵੀ ਮੇਰਾ ਮਜ਼ਹਬ ਮੈਨੂੰ ਲਫ਼ਜ਼ ਧਰਮ ਵਰਤਣ ਤੋਂ ਥੋੜ੍ਹਾ ਚੱਕ ਆ, ਕਿਉਂਕਿ ਧਰਮ ਤਾਂ ਇੰਨਾ ਪਵਿੱਤਰ ਅਤੇ ਇੰਨਾ ਵਿਸ਼ਾਲ ਅਤੇ ਇੰਨਾ ਫਾਲਟਲੈਸ ਵਰਲਡ ਹੈ, ਇਹ ਟਰਮ ਇੰਨੀ ਫਾਲਟਲੈਸ ਹੈ ਜਿਹਦੇ ਵਿੱਚ ਕਦੀ ਵੀ ਕੋਈ ਵੀ ਕਿਸੇ ਦਾ ਨਾ ਨੁਕਸਾਨ ਸੋਚ ਸਕਦਾ, ਨਾ ਕਰ ਸਕਦਾ, ਨਾ ਹੋਣ ਦਿੰਦਾ ਵਾ, ਹੋਣ ਵੀ ਨਹੀਂ ਦਿੰਦਾ। ਧਰਮੀ ਬੰਦਾ ਬਾਬੇ ਨਾਨਕ ਲੈ ਲਓ, ਗੁਰੂ ਗੋਬਿੰਦ ਸਿੰਘ ਲੈ ਲਓ, ਸ਼੍ਰੀ ਰਾਮ ਕ੍ਰਿਸ਼ਨ ਆਪਣੇ
ਕੋਈ ਵੀ ਧਾਰਮਿਕ ਜਦੋਂ ਕੈਰਵਾ ਪਾਉਣ ਦੀ ਜੰਗ ਹੋਈ ਹੈ, ਭਗਵਾਨ ਕ੍ਰਿਸ਼ਨ ਲੈ ਲਓ, ਜਿਹੜੇ ਧਾਰਮਿਕ ਕਿਸ਼ਤੀਆਂ ਹੁੰਦੀਆਂ ਨੇ ਉਹ ਗਲਤ ਕੰਮ ਹੋਣ ਹੀ ਨਹੀਂ ਦਿੰਦੀਆਂ, ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਲੇਕਿਨ ਮੁਸੀਬਤ ਹੈ ਵੀ ਅਸੀਂ ਤੁਸੀਂ ਸਿੱਖ ਧਰਮ ਅਤੇ ਸਿੱਖ ਲੀਡਰਸ਼ਿਪ ਦੇ ਹਵਾਲੇ ਨਾਲ ਗੱਲ ਤੋਰੀ ਸੀ, ਉਹਦੇ ਨਾਲ ਮੈਨੂੰ ਨਾਲ ਲੱਗਦੇ ਇੱਥੇ ਇਹਨੂੰ ਥੋੜ੍ਹਾ ਐਕਸਪੈਂਡ ਕਰਨ ਲਈ ਹੋਰ ਵੀ ਕਰਨੇ ਪੈਂਦੇ, ਵੀ ਇੱਕ ਤਾਂ ਹੀ ਨਹੀਂ ਪ੍ਰੋਬਲਮ ਹੈਗੀ, ਜਬ ਤਾਂ ਹੈਗੀ ਹੈ, ਪਰ ਸਾਡਾ ਸੰਬੰਧ ਕਿਉਂਕਿ ਇਮੀਜੇਟ ਸੁਸਾਇਟੀ ਨਾਲ ਹੈ, ਇਮੀਜੇਟ ਸਮਾਜ ਨਾਲ ਹੈ, ਜਿਹੜਾ ਕਿ ਪੰਜਾਬੀ ਸਮਾਜ ਹੈ, ਅਤੇ ਪੰਜਾਬੀ ਸਮਾਜ ਦੇ ਨਾਤੇ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਵਿਸ਼ੇਸ਼ ਤੌਰ 'ਤੇ ਫੋਕਸ 'ਚ ਆਉਂਦੀ ਆ। ਅਤੇ ਮੈਂ ਜਿਵੇਂ ਪਹਿਲਾਂ ਵੀ ਅਰਜ਼ ਕਰ ਚੁੱਕਾ, ਮੈਨੂੰ ਭੋਰਾ ਝਿਜਕ ਨੇ ਸਿੱਖ ਲੀਡਰਸ਼ਿਪ ਬਹੁਤ ਬੁਰੀ ਤਰ੍ਹਾਂ ਥਿੜਕ ਚੁੱਕੀ ਹੈ, ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ, ਇਹ ਇਹਨਾਂ ਕੋਲ ਇੱਕੋ ਹੀ ਵਿਜ਼ਨ ਹੈ ਵੀ ਦੂਜੇ ਨੂੰ ਤਬਾਹ ਕਿਵੇਂ ਕਰਨਾ ਅਤੇ ਆਪ ਕਿਵੇਂ ਬਣਨਾ, ਅਤੇ ਜੇ ਇੱਕ ਦੂਜੇ ਨੂੰ ਤਬਾਹ ਕਰ ਰਿਹਾ ਤਾਂ ਫਿਰ ਦੂਜਾ ਵੀ ਦੂਜੇ ਨੂੰ ਤਬਾਹ ਕਰਨ ਦੇ ਸੋਚ, ਫਿਰ ਕਲੈਸ਼ ਆ ਗਿਆ ਨਾ, ਅਤੇ ਜਿੱਥੇ ਕਲੈਸ਼ ਹੈ ਉੱਥੇ ਯੂਨਿਟੀ ਨੇ, ਇਹੀ ਕੁਛ ਚੱਲ ਰਿਹਾ। ਇੱਕ ਜਿਹੜੀ ਕਿਤਾਬ ਤੁਸੀਂ ਲਿਖੀ ਹੈ ਉਹਦਾ ਨਾਮ ਕਰੈਕਟ ਬੋਲ ਦਿਓ ਤਾਂ ਜੋ ਲੋਕ ਸਰਚ ਕਰਕੇ ਮੰਗਾ ਸਕਣ। ਦੇਖੋ ਜੀ, ਤੁਸੀਂ ਇਹਨਾਂ ਦੀਆਂ ਕਿਤਾਬਾਂ ਨੂੰ ਸਰਚ ਕਰ ਸਕਦੇ ਹੋ, ਬਹੁਤ ਵੱਡੀ ਸ਼ਖਸੀਅਤ ਹੈ, 40 ਦੇ ਕਰੀਬ ਜਿਹੜੀਆਂ ਹੈ ਇਹਨਾਂ ਦੀਆਂ ਕਿਤਾਬਾਂ, ਖੋਜੀ ਕਾਫਰ ਦੇ ਨਾਂ 'ਤੇ ਇਹਨਾਂ ਦਾ ਤਖੱਲਸ ਹੈ, ਸਰਚ ਕਰ ਸਕਦੇ ਹੋ। ਜਿਹੜੀ ਕਿਤਾਬ ਤੁਸੀਂ 1984 ਦਾ, ਉਹਦਾ ਐਗਜੈਕਟ ਪੂਰਾ ਨਾਮ ਕੀ ਹੈ, ਤੁਸੀਂ ਕੀ ਕਹਿੰਦੇ ਹੋ ਉਸ ਕਿਤਾਬ ਦਾ ਨਾਮ? ਕਿਵੇਂ ਭੁੱਲੀਏ 84 ਨੂੰ, ਜੀ ਇਹ ਉਹਦਾ ਟਾਈਟਲ, ਕਿਵੇਂ ਭੁੱਲੀਏ 84 ਨੂੰ, ਕਿਵੇਂ ਭੁੱਲੀਏ 84 ਨੂੰ। ਐਮਾਜ਼ਨ ਵਗੈਰਾ ਤੋਂ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ, ਪੜ੍ਹ ਸਕਦੇ ਹੋ। ਰੋਪੜ 'ਚ ਬੈਠੇ ਅਸੀਂ ਔਰ ਰੋਪੜ ਦੀ ਸ਼ਖਸੀਅਤ 96 ਸਾਲਾਂ, ਜਿਹੜੇ ਮੈਂ ਬਜ਼ੁਰਗ ਨਹੀਂ ਕਹਾਂਗਾ, ਨੌਜਵਾਨ, ਇੱਕ ਗੱਲ ਜਿਹੜੀ ਹੈ ਬੜੀ ਪਾਏਦਾਰ ਹੈ ਔਰ ਸਟੀਕ ਗੱਲਾਂ ਇਹਨਾਂ ਨੇ ਕੀਤੀਆਂ। ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ, ਜਿਹੜੀ ਹੈ ਖਾਸ ਤੌਰ 'ਤੇ ਨਵੀਂ ਜਨਰੇਸ਼ਨ ਤੱਕ ਇਹ ਪਹੁੰਚ ਸਕੇ। ਬਹੁਤ ਚੰਗਾ ਲੱਗਿਆ ਸਾਨੂੰ ਇਹਨਾਂ ਦੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ, ਧੰਨਵਾਦ ਜੀ। ਮੈਨੂੰ ਬੜਾ ਚੰਗਾ ਲੱਗਿਆ, ਮੈਂ ਤੁਹਾਡਾ ਮਸ਼ਕੂਰ ਹਾਂ ਕਿ ਤੁਸੀਂ ਮੈਨੂੰ ਆਪਣੇ ਭਾਈਚਾਰੇ ਨਾਲ, ਪੰਜਾਬੀਆਂ ਨਾਲ, ਪੰਜਾਬ ਦੇ ਵਿੱਚ ਵੀ, ਪੰਜਾਬ ਤੋਂ ਬਾਹਰ ਵੀ ਦਿੱਤੇ ਹੈਗੇ ਆ, ਜਿੱਥੇ ਵੀ ਹਿੰਦੁਸਤਾਨੀ ਪੰਜਾਬੀ ਹੈਗੇ ਆ ਉਹਨਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ, ਮੈਂ ਬੜਾ ਤੁਹਾਡਾ ਮਸ਼ਕੂਰ ਹਾਂ। ਔਰ ਇਸ ਸਾਰੀ ਗੱਲਬਾਤ 'ਚ ਅਗਰ ਕੋਈ ਨਿੱਜੀ ਤੌਰ 'ਤੇ ਕਿਸੇ ਦੇ ਉੱਤੇ ਕੋਈ ਥੋੜ੍ਹਾ ਕੋਈ ਕਟਾਕਸ਼ ਹੋਇਆ ਹੋਵੇ ਤਾਂ ਉਸ ਲਈ ਮੈਂ ਖਿਮਾਉਂਦਾ ਜਾ ਚੁੱਕਾਂ, ਵੈਸੇ ਮੈਂ ਜਾਤੀ ਤੌਰ 'ਤੇ ਕਿਸੇ ਬਾਰੇ ਕੋਈ ਇਸ ਕਿਸਮ ਦੀ ਗੱਲ ਕਰਨ ਦੇ ਹੱਕ 'ਚ ਕਦੀ ਵੀ ਨਹੀਂ। ਫਿਰ ਵੀ ਤੁਹਾਡੇ ਦਿਮਾਗ 'ਚ ਅਗਰ ਕਿਸੇ ਕਿਸਮ ਦੀ ਕੋਈ ਆਵੇ ਗੱਲ ਵੀ ਇਹ ਗੱਲ ਠੀਕ ਨਹੀਂ ਹੈਗੀ, ਉਸ 'ਤੇ ਗੌਰ ਕਰ ਲਓ, ਮੈਂ ਜੋ ਕੁਛ ਕਿਹਾ ਇਹ ਫਾਈਨਲ ਨਹੀਂ, ਇਹ ਮੇਰਾ ਵਿਚਾਰ ਹੈ, ਉਹਦੇ ਬਾਅਦ ਇਹ ਸੋਚ ਕਰ ਲਓ, ਵਿਚਾਰ ਲਓ। ਔਰ ਅਗਲੀ ਬੇਨਤੀ ਹੈ, ਆਓ ਬਾਬੇ ਨਾਨਕ ਨੂੰ ਸਾਹਮਣੇ ਰੱਖ ਕੇ ਇਕੱਠੇ ਹੋ ਕੇ ਉਹਦੇ ਕਦਮ 'ਚ ਕਦਮ ਰੱਖੀਏ, ਅਤੇ ਦੁਨੀਆ ਦੇ ਭਲੇ 'ਚ ਆਪਾਂ ਸ਼ਾਮਿਲ ਹੋਈਏ, ਕਰ ਭਲਾ ਸੋ ਹੋ ਭਲਾ ਵੱਲ ਆਈਏ। ਔਰ ਇਸੇ ਕਰਕੇ ਜੋ ਬਾਬੇ ਨਾਨਕ ਨੇ ਇੱਕ ਬਹੁਤ ਤਕੜੇ ਫਲਸਫੇ ਨੂੰ ਚੰਦ ਲਫਜ਼ਾਂ 'ਚ ਪ੍ਰਗਟ ਕਰਤਾ, ਸਰਬੱਤ ਦਾ ਭਲਾ ਜੀ। ਅਗਰ ਅਸੀਂ ਸਰਬੱਤ ਦਾ ਭਲਾ ਸਮਾਜਿਕ ਤੌਰ 'ਤੇ, ਸਿਆਸੀ ਤੌਰ 'ਤੇ, ਇਕਨੋਮਿਕ ਤੌਰ 'ਤੇ ਇਹਨੂੰ ਅਸੀਂ ਆਪਣਾ ਗੁਰ ਬਣਾ ਲਈਏ ਔਰ ਇਹ ਇੱਕ ਫਾਰਮੂਲਾ ਅਡੋਪਟ ਕਰ ਲਈਏ, ਤਾਂ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਸਾਡੀਆਂ ਉਹ ਆਪਣੇ ਆਪ ਹੀ
ਐਲੀਮੀਨੇਟ ਹੋ ਜਾਣਗੀਆਂ। ਸਭ ਦਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ।